ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਗੁਰਮੁਖ ਪਿਆਰਿਓ ਆਪ ਜੀ ਹਮੇਸ਼ਾ ਚੜਦੀ ਕਲਾ 'ਚ ਰਹੋ ਇਹ ਹੀ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਸਾਡੀ ਅਰਦਾਸ ਹੈ ਆਓ ਗੁਰਮੁਖ ਪਿਆਰਿਓ ਅੱਜ ਦਾ ਵਿਚਾਰ ਜਿਹੜਾ ਹੈ ਆਪ ਜੀ ਨਾਲ ਸਾਂਝਾ ਕਰੀਏ ਇੱਕ ਗੁਰਮੁਖ ਦਾ ਸਾਡੇ ਕੋਲ ਸੁਨੇਹਾ ਆਇਆ ਹੈ ਤੇ ਆਪਾਂ ਦੇਖਦੇ ਹਾਂ ਪੜ੍ਹ ਕੇ ਵੀ ਕੀ ਆਇਆ ਵਾਹਿਗੁਰੂ ਹਾਂਜੀ ਬਾਈ ਗੁਰੂ ਜੀ ਆ ਉਹ ਕਹਿ ਰਹੇ ਹਨ ਵਾਈਗੁਰੂ ਜੀ ਮੈਂ ਤਾਂ ਸਭ ਨਾਲ ਪ੍ਰੇਮ ਨਾਲ ਗੱਲ ਕਰਦਾ ਹਾਂ ਕੋਸ਼ਿਸ਼ ਵੀ ਕਰਦਾ ਹਾਂ ਸਭ ਵਿੱਚ ਵਾਈਗੁਰੂ ਜੀ ਨੂੰ ਵੇਖਾਂ ਪਰ ਥੋੜੇ ਟਾਈਮ ਵਿੱਚ ਪੁੱਲ ਜਾਣਾ ਹਾਂ ਤੇ ਫਿਰ ਕਿਸੇ ਨੂੰ ਗੁੱਸਾ ਜਾਂ ਗਲਤ ਬੋਲਿਆ ਜਾਂਦਾ ਹੈ ਹੂੰ ਫਿਰ ਸਭ ਵਿੱਚ ਵਾਈਗੁਰੂ ਜੀ ਨੂੰ ਹਮੇਸ਼ਾ ਲਈ ਕਿਵੇਂ ਦੇਖ ਸਕਦੇ ਹਾਂ ਉਸ ਲਈ ਕੀ ਕਰਨਾ ਪਏਗਾ ਵਾਈਗੁਰੂ ਜੀ ਸਤਿਬਿਨ ਠੀਕ ਹੈ ਆਪਾਂ ਇਹਦੇ ਇਦਾਂ ਕਹ ਲਈ ਵੀ ਜੇ ਆਪਾਂ ਸੋਚ ਵਿਚਾਰ ਕਰਕੇ ਕਰੀਏ ਵੀ ਆਪਾਂ ਤਾਂ ਜੀ ਚੰਗੇ ਹੀ ਬਨਣ ਦੀ ਕੋਸ਼ਿਸ਼ ਕਰਨੀ ਹੈ ਜਾਂ ਆਪਾਂ ਕਿਸੇ ਨੂੰ ਮਾੜਾ ਨਹੀਂ ਬੋਲਣਾ ਉੱਚਾ ਨਹੀਂ ਬੋਲਣਾ ਇਹ ਕੋਸ਼ਿਸ਼ ਚ ਲੱਗੇ ਆਂ ਅਸੀਂ ਫਿਰ ਤਾਂ ਵਾਈ ਗੁਰੂ ਜੀ ਉਹ ਕੀ ਹੁੰਦਾ ਜੋ ਇਹਨਾਂ ਨੇ ਕਿਹਾ ਹਨ ਵੀ ਜੇ ਮੈਂ ਠੀਕ ਕਹਿ ਰਿਹਾ ਵੀ ਜੋ ਇਹਨਾਂ ਨੇ ਕਿਹਾ ਵੀ ਮੈਂ ਕੋਸ਼ਿਸ਼ ਕਰਦਾ ਫਿਰ ਥੋੜੀ ਦੇਰ ਬਾਅਦ ਤਾਂ ਫਿਰ ਮੈਨੂੰ ਪਤਾ ਨਹੀਂ ਲੱਗਦਾ ਕਿਸ ਟਾਈਮ ਮੈਨੂੰ ਗੁੱਸਾ ਆਇਆ ਕਿਸ ਟਾਈਮ ਮੈਂ ਮੋ ਮਾੜੇ ਸ਼ਬਦ ਬੋਲਤੇ ਕੋੜੇ ਸ਼ਬਦ ਬੋਲਤੇ ਜਾਂ ਕਿਸੇ ਨੂੰ ਮਾੜਾ ਚੰਗਾ ਬੋਲਤਾ ਤੇ ਕਹਿੰਦੇ ਫਿਲਮ ਨੂੰ ਉਸ ਚੀਜ਼ ਦਾ ਇੱਕ ਤਰ੍ਹਾਂ ਪਛਤਾਵਾ ਹੁੰਦਾ ਵੀ ਮੈਂ ਤਾਂ ਸੋਚਿਆ ਸੀ ਵੀ ਮੈਂ ਤਾਂ ਸਹੀ ਬੋਲਣਾ ਮੈਂ ਪ੍ਰੇਮ ਨਾਲ ਬੋਲਣਾ ਵੀ ਪਹਿਲਾਂ ਮੈਂ ਪ੍ਰੇਮ ਚੀ ਗੱਲ ਕਰੇ ਇੱਕਦਮ ਮੈਨੂੰ ਕੀ ਹੋ ਗਿਆ ਇਹਦੇ ਬਾਰੇ ਆਪਾਂ ਵਿਚਾਰ ਕਰਦੇ ਆ ਕਿ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਪੰਜ ਦੂਤ ਕਰਵਾਉਂਦੇ ਆ ਠੀਕ ਹੈ ਕਿ ਕਿ ਵਾਈਕੂ ਜੀ ਇੱਕ ਹੋਤਾ ਨਾ ਕਿ ਆਪਾਂ ਜਿਹੜੀ ਚੀਜ਼ ਸਾਨੂੰ ਗੁਰੂ ਸਾਹਿਬ ਜੀ ਸਮਝਾ ਰਹੇ ਹਨ ਉਸ 'ਤੇ ਨਾ ਫੋਕਸ ਕਰਕੇ ਹਮ ਆਪਣੇ ਆਪ ਕੋਸ਼ਿਸ਼ ਕਰਦੇ ਆ ਟਰਾਈ ਕਰਦੇ ਆ ਕਿ ਚਲ ਮੈਂ ਨਾ ਅਮੀ ਕਰਕੇ ਦੇਖਦਾ ਕਿ ਸਭ ਮੈਂ ਮਤਲਬ ਵਾਈਗੁਰ ਹਾਂ ਤੇ ਵਾਈਗੁਰ ਜੀ ਉਹ ਥੋੜੇ ਸੈਕਿੰਡ ਕੇ ਲਈ ਦਿਖੂਗਾ ਕਿ ਆਪਕੋ ਯਾਦ ਰਹੂਗਾ ਕਿ ਨਹੀਂ ਬਟ ਵਾਈ ਗੁਰੂ ਜੀ ਜਦੋਂ ਆਪ ਜੀ ਨੇ ਪੰਜ ਦੂਤ ਹੀ ਆਪਣੇ ਸ਼ਾਂਤ ਨਹੀਂ ਕਰੇ ਹੋਣਗੇ ਕੰਟਰੋਲ ਨਹੀਂ ਕੀਤਾ ਹੋਗਾ ਉਹਨਾਂ ਤੇ ਉੱਤੇ ਤੇ ਉਹ ਤੋਂ 2 ਸੈਕਿੰਡ ਆਪ ਜੀ ਨੂੰ ਕਹਿੰਗੇ ਕਿ ਹਾਂ ਠੀਕ ਹੈ ਤੂੰ ਕਰ ਲੈ ਪ੍ਰੇਮ ਨਾਲ ਤੈਨੂੰ ਕੀ ਪਤਾ ਕਿ ਕੁਝ ਸੈਕਿੰਡ ਬਾਅਦ ਫੇਰ ਤੇਰੇ ਨਾਲ ਖੇਲ ਲੈਣਾ ਇਹ ਉਹ ਗੱਲ ਹੋ ਗਈ ਵਾਈ ਗੁਰੂ ਜੀ ਵੀ ਜੇ ਜਿਹੜਾ ਸਾਡਾ ਅਸਲੀਅਤ ਹੈ ਨਾ ਜਿਹੜੀ ਸਾਡੀ ਉਹ ਸਾਹਮਣੇ ਆਈ ਜਾਣੀ ਹੈ ਠੀਕ ਹੈ ਜਦੋਂ ਤੱਕ ਮੰਨ ਲਓ ਅਸੀਂ ਦੂਤ ਸ਼ਾਂਤ ਨਹੀਂ ਕੀਤੇ ਤਾਂ ਉਹ ਆਪਾਂ ਟਰਾਈ ਕਰ ਰਹੇ ਹਾਂ ਠੀਕ ਹੈ ਤੇ ਜਿਹੜਾ ਟਰਾਈ ਹੈ ਵਾਈ ਗੁਰੂ ਜੀ ਉਹ ਉਹ ਹਮੇਸ਼ਾ ਪਰਮਨੈਂਟ ਲਈ ਨਹੀਂ ਹੁੰਦਾ ਪਰਮਨੈਂਟ ਉਹ ਹੁੰਦਾ ਜੋ ਅਸਲ ਸੱਚ ਹੈ ਠੀਕ ਹੈ ਝੂਠ ਜਿਹੜਾ ਜਾਂ ਇੱਕ ਕਹਿ ਲਓ ਵੀ ਮੈਂ ਅੱਜ ਟਰਾਈ ਕਰਾਂ ਕਿ ਮੈਂ ਆਪਣਾ ਕ੍ਰੋਧ ਜਿਹੜਾ ਸ਼ਾਂਤ ਰੱਖਣਾ ਹੈ ਜੇ ਮੈਨੂੰ ਘੰਟਾ ਹੀ ਆਦ ਰਿਹਾ ਤੇ ਮੈਂ ਰੱਖ ਲੰਗਾ ਉਸ ਤੋਂ ਬਾਅਦ ਮੈਂ ਆਪਣੇ ਉਹ ਨਾਰਮਲ ਜਿਹੜਾ ਕਹਿ ਲਓ ਮੇਰੀ ਸਚਾਈ ਹੈ ਉਹਦੇ ਚ ਆ ਗਿਆ ਮੈਂ ਤੇ ਉੱਥੇ ਮੈਂ ਤਾਂ ਭੁੱਲ ਜਾਊਂਗਾ ਹੁਣ ਵਾਈ ਗੁਰੂ ਜੀ ਆਪਾਂ ਇਹਨੂੰ ਜਿਹੜਾ ਪਰਮਨੈਂਟ ਕਿੱਦਾਂ ਦਾ ਸੋਲੂਸ਼ਨ ਕੱਢ ਸਕਦੇ ਆ ਉਹ ਆਪਾਂ ਨਹੀਂ ਕੱਢ ਸਕਦੇ ਉਹ ਗੁਰੂ ਸਾਹਿਬ ਜੀ ਨੇ ਦੱਸਿਆ ਕਿੱਦਾਂ ਕਰਨਾ ਹੁਣ ਦੇਖੋ ਵਾਹਿਗੁਰੂ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਜਿਹੜੇ ਮਹਾਰਾਜ ਕਹਿੰਦੇ ਕਿ ਨਾਮ ਦੀ ਜਿਹੜੀ ਬੰਦਗੀ ਹੈ ਕਿਉਂਕਿ ਵਾਹਿਗੁਰੂ ਜੀ ਉਹ ਸੂਖਮ ਨੇ ਸਾਨੂੰ ਪਹਿਲੀ ਗੱਲ ਤੋਂ ਦੂਤ ਦੇਖ ਨਹੀਂ ਰਹੇ ਤਾਂ ਅਸੀਂ ਕਈ ਵਾਰੀ ਮੰਨਦੇ ਹੀ ਨਹੀਂ ਇੰਨੀਆਂ ਗੱਲਾਂ ਨੂੰ ਅਸੀਂ ਕਹਿੰਦੇ ਨਹੀਂ ਜੋ ਹੈ ਉਸੇ ਕਰ ਰਹੇ ਹਾਂ ਜੋ ਹੈ ਉਹ ਸਾਡੇ ਥਰੂ ਹੋ ਰਿਹਾ ਉਹ ਮੈਂ ਹੀ ਕਰ ਰਿਹਾ ਮੇਰੇ ਅੰਦਰ ਹੀ ਕ੍ਰੋਧ ਜਦੋਂ ਆਇਆ ਮੈਂ ਉਹਨੂੰ ਸ਼ਾਮ ਸਕਦਾ ਨਹੀਂ ਮੈਂ ਨਹੀਂ ਸ਼ਾਮ ਸਕਦਾ ਜੇ ਉਹ ਦੂਤਾਂ ਨੂੰ ਕੰਟਰੋਲ ਕਰਨਾ ਆ ਗਿਆ ਉਹਨਾਂ ਨੂੰ ਆਪਾਂ ਆਪਣੇ ਵਾਸਤੇ ਕਰ ਲਿਆ ਹਜੇ ਆਪਾਂ ਉਹਨਾਂ ਦੇ ਵਾਸਤੇ ਉਹ ਕੀ ਕਰਦੇ ਉਹ ਕਹਿੰਦੇ ਚਲ ਠੀਕ ਹੈ ਤੂੰ ਕਰ ਲੈ ਕਿੰਨੀ ਦੇਰ ਤੂੰ ਫੁਰਨਿਆਂ ਤੋਂ ਰਹਿਤ ਰਹਿ ਸਕਦਾ ਹੈ 2 ਸੈਕਿੰਡ ਨਹੀਂ ਰਹਿ ਸਕਦਾ ਫੁਰਨਿਆਂ ਤੋਂ ਰਹਿ 1 ਸੈਕਿੰਡ ਨਹੀਂ ਰਹਿ ਸਕਦਾ ਜੇ ਮੈਂ ਇਹ ਵੀ ਸੋਚਾਂਗਾ ਨਾ ਵਾਈ ਗੁਰੂ ਜੀ ਵੀ ਮੈਂ ਫੁਰਨਾ ਨਹੀਂ ਲੈਣਾ ਉਹ ਵੀ ਇੱਕ ਫੁਰਨਾ ਹੀ ਹੈ ਠੀਕ ਹੈ ਵਾਈ ਗੁਰੂ ਜੀ ਇੱਥੇ ਤੱਕ ਸੋਚ ਕੇ ਪਹਿਲਾਂ ਆਪਾਂ ਨੂੰ ਡੀਪਲੀ ਗੱਲ ਨੂੰ ਸਮਝਣਾ ਪਏਗਾ ਮਹਾਰਾਜ ਕਹਿੰਦੇ ਜਦੋਂ ਤੂੰ ਨਾਮ ਦੀ ਬੰਦਗੀ ਕਰੇਂਗਾ ਜਿਹੜਾ ਨਾਮ ਹੈ ਉਹਨੂੰ ਸਿਮਰੇਂਗਾ ਅੰਦਰਲੀ ਜਿਹੜੀ ਤਰੀਖ ਖੇਡ ਹੈ ਤੈਨੂੰ ਆਨੰਦ ਪ੍ਰਾਪਤ ਹੋਏਗਾ ਜਦੋਂ ਤੂੰ ਆਨੰਦ ਪ੍ਰਾਪਤ ਹੋਏਗਾ ਸਹਿਜ ਹੋ ਜਾਏਗਾ ਸਹਿਜ ਹੋ ਜਾਏਗਾ ਤੇਰੇ ਦੂਤ ਸ਼ਾਂਤ ਹੋ ਜਾਣਗੇ ਚਾਹੇ ਸਾਹਮਣੇ ਤੇਰੇ ਕੈਸੀ ਵੀ ਸਿਚੁਏਸ਼ਨ ਆ ਜੇ ਤੂੰ ਉਹਨੂੰ ਉਹਦਾ ਡੀਲ ਕਰੇਗਾ ਜਿੱਦਾਂ ਇੱਕ ਰੀਅਲਿਟੀ ਹੋਣੀ ਚਾਹੀਦੀ ਹੈ ਪਰ ਜਦੋਂ ਤੂੰ ਨਾਮ ਨਹੀਂ ਜਪਿਆ ਹੁੰਦਾ ਉੱਥੇ ਤੈਨੂੰ ਇੱਕਦਮ ਹੰਕਾਰ ਕਿ ਮੇਰੇ ਸਾਹਮਣੇ ਆ ਗੱਲ ਕਿਵੇਂ ਹੋ ਸਕਦੀ ਹੈ ਮੈਨੂੰ ਕੋਈ ਇਹ ਕਿਵੇਂ ਕਹਿ ਸਕਦਾ ਉੱਥੇ ਆ ਜਾਂਦੀ ਮੈਂ ਜਿੱਥੇ ਨਾਮ ਜਪਿਆ ਹੁੰਦਾ ਉੱਥੇ ਮੈਂ ਕਦੀ ਹੁੰਦੀ ਨਹੀਂ ਉੱਥੇ ਉਹ ਵੀ ਉਹੀ ਹੈ ਉਹ ਇੱਥੇ ਵੀ ਉਹੀ ਹੈ ਠੀਕ ਹੈ ਤੇ ਉਹੀ ਆਪਣੇ ਆਪ ਨਾਲ ਹੀ ਗੱਲ ਕਰ ਰਿਹਾ ਤਾਂ ਤੁਸੀਂ ਸੋਚ ਕੇ ਦੇਖੋ ਜੇ ਮੈਂ ਸ਼ੀਸ਼ੇ 'ਚ ਦੇਖ ਕੇ ਗੱਲ ਕਰਾਂ ਤਾਂ ਕਿ ਮੈਂ ਆਪਣੇ ਆਪ ਨੂੰ ਦੇਖ ਕੇ ক্রੋਧ ਹੋ ਕੇ ਗੱਲਾਂ ਕੱਢਣ ਲੱਗ ਜਾਵਾਂਗਾ ਨਹੀਂ ਵਾਈ ਗੁਰੂ ਜੀ ਬਾਹਰਲੀ ਦੁਨੀਆ 'ਚ ਮੈਂ ਕਹਿੰਨਾ ਇਹ ਵੱਖਰਾ ਹੈ ਮੈਂ ਵੱਖਰਾ ਤਾਂ ਉਹ ਵੱਖਰੇ ਦੇ ਚੱਕਰ ਦੇ ਵਿੱਚ ਅਸੀਂ ਫਸ ਜਾਂਦੇ ਹਾਂ ਇਹ ਵਾਈ ਗੁਰੂ ਜੀ ਤਬੀ ਤੱਕ ਹੋਤਾ ਜਬ ਤੱਕ ਅਸੀਂ ਜਿਹੜਾ ਸਾਡੇ ਕੋਲ ਸੱਚਖੰਡ ਦਾ ਗਿਆਨ ਹੈ ਜੋ ਸਤਿਗੁਰੂ ਸਾਹਿਬ ਜੀ ਸਾਨੂੰ ਬਖਸ਼ ਕੇ ਗਏ ਆ ਉਹ ਖਜ਼ਾਨਾ ਬਹੁਤ ਬੜਾ ਜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈਗਾ ਠੀਕ ਹੈ ਤੇ ਇੱਕ ਤਾਂ ਅਸੀਂ ਵਿਚਾਰਿਆ ਨਹੀਂ ਹੁੰਦਾ ਠੀਕ ਹੈ ਦੂਜੀ ਸਾਨੂੰ ਕਾਲ ਤੇ ਮਾਇਆ ਦੇ ਖੇਡ ਦਾ ਪਤਾ ਨਹੀਂ ਹੁੰਦਾ ਉਹ ਕੀ ਕਿਵੇਂ ਖੇលਦੇ ਆ ਜਦੋਂ ਵਾਹਿਗੁਰੂ ਜੀ ਤੁਹਾਨੂੰ ਕਾਲ ਤੇ ਮਾਇਆ ਦਾ ਖੇਲ ਪਤਾ ਲੱਗ ਜਾਊਗਾ ਨਾ ਕਿ ਉਹ ਕੀ ਕੀ ਕਰ ਸਕਦੇ ਹਨ ਔਰ ਕਹਾ ਕਹਾ ਤੱਕ ਜਾ ਸਕਦੇ ਹਨ ਤਾਂ ਤੁਸੀਂ ਆਪਣੇ ਆਪ ਹੀ ਅ ਮਤਲਬ ਖੁਦ ਆਈਡੀਆ ਲਗਾ ਲੋਗੇ ਕਿ ਹਾਂ ਏ ਕੀ ਰਾਸਤਾ ਉਹਨਾਂ ਤੋਂ ਬਚਣ ਲਈ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਨਾਮ ਦੀ ਬੰਦਗੀ ਕਰਕੇ ਸਹਿਜ ਅਵਸਥਾ ਵਿੱਚ ਆਣਾ ਔਰ ਦਸਮ ਦਵਾਰ ਦਾ ਜਿਹੜਾ ਸ਼ਬਦ ਹੈ ਉਹ ਪ੍ਰਗਟ ਹੋ ਜਾਣਾ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਫੇ ਵੈਗੁਰ ਜੀ ਆਪ ਜੀ ਦੇ ਨਾਲ ਦੂਤ ਤੋਂ ਟੱਕਰ ਹੀ ਨਹੀਂ ਸਕਦੇ ਕਾਲ ਟੱਕਰ ਲੈ ਹੀ ਨਹੀਂ ਸਕਦਾ ਵੈਗੁਰ ਸਿਰਫ ਉਹ ਇੱਕ ਨਾਮ ਤੋਂ ਹੀ ਭਜਦਾ ਹੈ ਵੈਗੁਰ ਜੀ ਜਿਹੜੀ ਮਹਾਰਾਜ ਨੇ ਬੰਦਗੀ ਭਗਤੀ ਦਾ ਜਿਹੜਾ ਸਾਨੂੰ ਖਜ਼ਾਨਾ ਬਖਸ਼ਿਆ ਦੱਸਿਆ ਵੀ ਤੁਸੀਂ ਕਿੱਦਾਂ ਚੱਲਣਾ ਹੈ ਬਾਈ ਗੁਰੂ ਜੀ ਅਸਲ ਦੇ ਵਿੱਚ ਨਾਲ ਉਹ ਅਵਸਥਾ ਦੀ ਗੱਲ ਬਣ ਜਾਂਦੀ ਹੈ ਹੁਣ ਮੰਨ ਲਓ ਗੁਰੂ ਸਾਹਿਬ ਜੀ ਸੀਗੇ ਆਪਾਂ ਦੇਖਦੇ ਹਾਂ ਕਿ ਉਹ ਇੰਨੀਆਂ ਵੱਡੀਆਂ ਮੁਸ਼ਕਲਾਂ ਨੂੰ ਕਿਵੇਂ ਪਾਰ ਕਰਦੇ ਸੀ ਸਿੱਖਣਾ ਪਏਗਾ ਨਾ ਆਪਾਂ ਨੂੰ ਤਾਂ ਗੁਰੂ ਸਾਹਿਬ ਜੀ ਨੇ ਉੱਥੇ ਐ ਤਾਂ ਕਿਹਾ ਨਹੀਂ ਕਿ ਤੁਹਾਨੂੰ ਆਦਤ ਪਾਣੀ ਪਏਗੀ ਕਿ ਮੈਂ ਗੁੱਸਾ ਕਰਦਾ ਹੀ ਨਹੀਂ ਤੁਹਾਨੂੰ ਆਦਤ ਪਾਣੀ ਪਏਗੀ ਕਿ ਮੈਨੂੰ ਹੰਕਾਰ ਆਵੇ ਹੀ ਨਾ ਆਦਤ ਅਲੀ ਗੱਲ ਨਹੀਂ ਕਹੀ ਮਾਰੇ ਕਹਿੰਦੇ ਇੰਨਾ ਤੋਂ ਨਹੀਂ ਤੁਸੀਂ ਵੱਸ ਸਕਦੇ ਨਾਮ ਬਚਾਏਗਾ ਤੁਹਾਨੂੰ ਨਾਮ ਜਿਹੜਾ ਹੈ ਉਹ ਵੈਗੁਰੂ ਜੀ ਉਹਨਾਂ ਤੇ ਸਾਡੇ ਵਿੱਚ ਇੱਕ ਦੀਵਾਰ ਖੜੀ ਕਰੇਗਾ ਉਹ ਪਰੇ ਰਹਿ ਜਾਣਗੇ ਸਾਡੇ ਵਿੱਚ ਗੁਰੂ ਸਾਹਿਬ ਜੀ ਜਿਵੇਂ ਕਹਿ ਲੋ ਪ੍ਰਗਟ ਕਰਨਗੇ ਸਹਜ ਅਵਸਥਾ ਜਿਹੜੀ ਇਹਨਾਂ ਨੇ ਗੱਲ ਕੀਤੀ ਹੁਣੇ ਕਿ ਦਸਮ ਦਵਾਰ ਦਾ ਸ਼ਬਦ ਪ੍ਰਗਟ ਹੋ ਜਾਣਾ ਉਹ ਤਾਂ ਵੈਗੁਰੂ ਦੀ 24 ਘੰਟੇ ਫਿਰ ਵੱਜਦਾ ਰਹਿਣਾ ਦਸਮ ਦਵਾਰ ਚ ਇਸ ਏਰੀਆ ਚ ਠੀਕ ਹੈ ਵੈਗੁਰੂ ਜੀ ਉਹ ਤੁਹਾਨੂੰ ਭੁੱਲਣ ਹੀ ਨਹੀਂ ਦੇਵੇਗਾ ਕਿਸੇ ਵੀ ਸਮੇ ਕਿੰਨੂ ਉਸ ਅਕਾਲ ਪੁਰਖ ਨੂੰ ਉਹ ਜੋ ਹੋ ਸਕਦਾ ਮੈਂ ਹੱਦ ਤੱਕ ਹੰਟਾ ਸਿਮਰਨ ਕੀਤਾ ਤੇ ਉਸ ਤੋਂ ਬਾਅਦ ਵੈਗੁਰੂ ਜੀ ਮੈਂ ਆਪਣੇ ਕੀਰਤ ਕਰਨ ਗਿਆ ਕੰਮ ਕਰਨ ਗਿਆ ਬਾਹਰ ਨਿਕਲਿਆ ਦੁਨੀਆ ਚ ਮੈਂ ਤਾਂ ਹੋ ਸਕਦਾ ਭੁੱਲ ਜਾਵਾਂ ਅਠੋ ਪੈਰ ਨਹੀਂ ਮੈਂ ਯਾਦ ਰੱਖ ਪਾਇਆ ਇਹ ਮੇਰੀ ਕਮੀ ਹੈ ਪਰ ਉਹ ਮਾਰਤ ਜਦੋਂ ਸ਼ਬਦ ਪ੍ਰਗਟ ਕਰਦੇ ਐ ਚਾਹੇ ਆਪਾਂ ਮੂੰਹ ਵਾਹਿਗੁਰੂ ਕਹਿ ਕੇ ਨਹੀਂ ਉਹਨੂੰ ਯਾਦ ਕਰਨ ਦੀ ਕੋਸ਼ਿਸ਼ ਕਰੇ ਉਹ ਆਟੋਮੈਟਿਕਲੀ ਸਾਨੂੰ ਯਾਦ ਹੋਊਗਾ ਹੀ ਹੋਊਗਾ ਕਿ ਇਹ ਕੀ ਵੱਜ ਰਿਹਾ ਹੈ ਸ਼ਬਦ ਪ੍ਰਗਟ ਹੋ ਚੁੱਕਿਆ ਹੁਣ ਮੰਨ ਲਓ ਕੋਈ ਗੱਡੀ ਚਲਾ ਰਿਹਾ ਹੈ ਕੋਈ ਕਿਤੇ ਪੈਦਲ ਜਾ ਰਿਹਾ ਹੈ ਉਹ ਸ਼ਬਦੜੀ ਉਹਨੂੰ ਬਾਰ-ਬਾਰ ਯਾਦ ਕਰਾਈ ਜਾਨਾ ਕਿ ਇਹ ਕਿੱਥੋਂ ਆ ਰਹੀ ਆਵਾਜ਼ ਇਹ ਕਿਦੀ ਆਵਾਜ਼ ਇਹ ਉਸ ਅਕਾਲ ਪੁਰਖ ਦੀ ਆਵਾਜ਼ ਜਿਵੇਂ ਮੰਨ ਲਓ ਕਿ ਜਦੋਂ ਉਹਨੇ ਉਸ ਅਕਾਲ ਪੁਰਖ ਦੀ ਜੋਤ ਜਿਹੜੀ ਹੈ ਉਹਨੂੰ ਦੇਖ ਲਿਆ ਵਾਹਿਗੁਰੂ ਮਹਾਰਾਜ ਨੇ ਉਹਨੂੰ ਦਰਸ਼ਨ ਦੇ ਦਿੱਤੇ ਯਾ ਉਹਦੀ ਅਵਸਥਾ ਜਿਹੜੀ ਹੈ ਆਪੋ ਹੀ ਗੱਲ ਕਰ ਰਹੀ ਸੀ ਦਸੰਦਵਾਰ ਦੀ ਗੱਲ ਹੀ ਕਰ ਰਹੀ ਸੀ ਕਿ ਦਸੰਦਵਾਰ ਤੱਕ ਦੀ ਜੋਤ ਤੱਕ ਖੇੜ ਸਮਝ ਨਹੀਂ ਆਏਗੀ ਸੁਰਤੀ ਦਸੰਦਵਾਰ ਚ ਜਾਏਗੀ ਮਹਾਰਾਜ ਨੇ ਹਰ ਜਗ੍ਹਾ ਆਪਣੇ ਆਪ ਹੀ ਆਪਣਾ ਰੂਪ ਦਿਖਾਣਾ ਸ਼ੁਰੂ ਕਰ ਦੇਣਾ ਚਾਹੇ ਫਿਰ ਵਾਹਿਗੁਰੂ ਜੀ ਉਹ ਕੋਈ ਜਾਨਵਰ ਹੋਵੇ ਚਾਹੇ ਉਹ ਕੋਈ ਇਨਸਾਨ ਹੋਵੇ ਚਾਹੇ ਉਹ ਕੁਝ ਵੀ ਹੋਵੇ ਜਦੋਂ ਉਹਦੀ ਅੱਖਾਂ ਜਿੱਥੇ ਮਾਰੇ ਨੇ ਜੋਤ ਹੀ ਆਪਣੀ ਪ੍ਰਗਟ ਕਰਦੀ ਉਹਨੂੰ ਫਿਰ ਦਿਖਣਾ ਹੀ ਉਹ ਉਹੀ ਰੂਪ ਹੈ ਕਿ ਜੇ ਕੋਈ ਗੁੱਸੇ 'ਚ ਹੈ ਉਹਨੂੰ ਸ਼ਾਂਤ ਹੀ ਕਰੂਗਾ ਕਿਉਂਕਿ ਉਹਦੇ ਬਚਨ ਐਸੇ ਹੋਣਗੇ ਸਹਿਜ ਅਵਸਥਾ ਹੋਏਗੀ ਸਾਹਮਣੇ ਵਾਲਾ ਵੀ ਸ਼ਾਂਤ ਹੋ ਜਾਏਗਾ ਵੀ ਮੈਂ ਇਸਨੂੰ ਬੜਾ ਵੱਡਾ ਸਮਝ ਰਿਹਾ ਤੇ ਇਹ ਤਾਂ ਉਹਦੀ ਚ ਰਿਐਕਟਿਵ ਨਹੀਂ ਕਰ ਰਿਹਾ ਤਾਂ ਸਾਹਮਣੇ ਵਾਲੇ ਤੇ ਵੀ ਤੁਹਾਡੇ ਔਰੇ ਦਾ ਅਸਰ ਪੈਣਾ ਸ਼ੁਰੂ ਹੋ ਜਾਂਦਾ ਤਾਂ ਸਾਨੂੰ ਵੈਗਰੂ ਜੀ ਚਾਰੇ ਤਰਫ ਉਹੀ ਦਿਖੂਗਾ ਜਦੋਂ ਆਪਾਂ ਉਹਦੇ ਦਰਸ਼ਨ ਕਰ ਲਵਾਂਗੇ ਜਦੋਂ ਮਹਾਰਾਜ ਉਹ ਪ੍ਰਗਟ ਸਾਡੇ ਅੰਦਰ ਕਰ ਦੇਣਗੇ ਪਰ ਜੇ ਆਪਾਂ ਆਪਣੇ ਵੱਸ 'ਚ ਸਮਝ ਕੇ ਚਲੀਏ ਵੀ ਮੈਂ ਕਿਉਂ ਨਹੀਂ ਕਰ ਪਾ ਰਿਹਾ ਉਹਦਾ ਰੀਜ਼ਨ ਹੈ ਆਪਾਂ ਬੰਦਗੀ ਨਹੀਂ ਕਰਦੇ ਜਦੋਂ ਤੱਕ ਵੈਗੁਰੂ ਜੀ ਬੰਦਗੀ ਅਨਹਦ ਨਾਦ 'ਚ ਵਿਚਰਨਾ ਚੌਥੇ ਪੱਧ ਦੀ ਖੇਡ ਨੂੰ ਨਹੀਂ ਸਮਝਦੇ ਹੁਣ ਉਹ ਸਹਿਜ ਅਵਸਥਾ ਪਈ ਕਿੱਥੇ ਹੈ ਹੈ ਕਿੱਥੇ ਹੈ ਉਹ ਤ੍ਰੈਗਣ ਤੋਂ ਉੱਤੇ ਪਈ ਹੈ ਰਜੋ ਤਮੋ ਸਤੋ ਤੋਂ ਉੱਤੇ ਚੌਥੇ ਪੱਧ ਤੇ ਪਈ ਹੈ ਆਪਾਂ ਉੱਥੇ ਕਦੀ ਗਏ ਹੀ ਨਹੀਂ ਉਹ ਸਾਨੂੰ ਪਤਾ ਹੀ ਨਹੀਂ ਕਿ ਚੌਥਾ ਪੱਧ ਕੀ ਹੈ ਮਹਾਰਾਜ ਨੇ ਉਹਦੇ ਬਾਰੇ ਕੀ ਸਮਝਾਇਆ ਹੈ ਉੱਥੇ ਵਾਈਗੁਰੂ ਜੀ ਕੋਈ ਵੈਰ ਵਿਰੋਧ ਹੀ ਨਹੀਂ ਹੈਗਾ ਉੱਥੇ ਕੋਈ ਉੱਚ ਨੀਂਚ ਨਹੀਂ ਹੈਗੀ ਉੱਥੇ ਕੋਈ ਭਾਸ਼ਾ ਦਾ ਫਰਕ ਨਹੀਂ ਹੈਗਾ ਉੱਥੇ ਵਾਈਗੁਰੂ ਜੀ ਕਿਸੇ ਗੱਲ ਦਾ ਉੱਥੇ ਜੇ ਕੁਝ ਹੈ ਤੇ ਉਹ ਸਿਰਫ ਅਕਾਲਪੁਰਖ ਦੀ ਗੱਲ ਹੈ ਉੱਥੇ ਸਿਰਫ ਤੇ ਸਿਰਫ ਉਸ ਅਕਾਲਪੁਰਖ ਦਾ ਸਾਊਂਡ ਜਿਹਨੂੰ ਅਸੀਂ ਕਹਿੰਦੇ ਆ ਉਹ ਹੈ ਉਹਦੀ ਯਾਦ ਹੈ ਬਸ ਉਹਨੂੰ ਕਹਿੰਦੇ ਉੱਥੇ ਹੀ ਤਾਂ ਵਾਈਗੁਰੂ ਜੀ ਇਸ ਲਈ ਬੰਦਗੀ ਸ਼ੁਰੂ ਹੁੰਦੀ ਹੈ ਸਤਿ ਬਾਣੀ ਤ੍ਰੈਗੁਣਾ ਚ ਰਹਿ ਕੇ ਤਾਂ ਵਾਈਗੁਰੂ ਜੀ ਅਸੀਂ ਇੱਕ ਪਾਠ ਕਰ ਲਿਆ ਇਧਰੋਂ ਫੁਰਨੇ ਚੱਲ ਰਹੇ ਆ ਪਾਠ ਕਰਕੇ ਵਾਈਗੁਰੂ ਜੀ ਕੋਈ ਕੈਸਾ ਕਿਦਾ ਇੱਕ ਦੀ ਪਾਠ ਕਰਨ ਤੋਂ ਬਾਅਦ ਥੋੜੀ ਦੇਰ ਬਾਅਦ ਘੰਟੇ ਬਾਅਦ 2 ਘੰਟੇ ਬਾਅਦ ਜਾਂ ਅਗਲੇ ਦਿਨ ਮੇਰੇ ਕੋਲ ਕੋਈ ਮਾੜੀ ਗੱਲ ਨਹੀਂ ਹੋਈ ਮੇਰੇ ਤੋਂ ਕੋਈ ਗਲਤ ਗੱਲ ਨਹੀਂ ਹੋਈ ਮੈਂ ਮਾੜਾ ਨਹੀਂ ਬੋਲਿਆ ਜਾਂ ਮੈਨੂੰ ਗੁੱਸਾ ਹੀ ਨਹੀਂ ਆਇਆ ਜਾਂ ਮੈਨੂੰ ਕਿਸੇ ਲਈ ਈਰਖਾ ਹੀ ਨਹੀਂ ਆਈ ਜਾਂ ਮੈਨੂੰ ਕਿਸੇ ਗੱਲ ਦੀ ਕੋਈ ਟੈਨਸ਼ਨ ਹੀ ਨਹੀਂ ਹੋਈ ਵੀ ਮੈਂ ਘਾਟੇ 'ਚ ਆਇਆ ਮੈਂ ਵਾਧੇ 'ਚ ਆ ਉਹ ਤਾਂ ਹੋਏਗਾ ਨਾ ਵਾਈਗੁਰੂ ਜੀ ਉਹ ਕਿੱਥੇ ਨਹੀਂ ਹੋਏਗਾ ਉਹ ਉਦੋਂ ਹੋਏਗਾ ਜਦੋਂ ਸਾਨੂੰ ਪਤਾ ਲੱਗੇਗਾ ਕਿ ਸਭ ਉਹਦੇ ਕੋਲ ਕਮਚੋ ਰਹੇ ਆ ਮੈਂ ਇੱਥੇ ਕੁਝ ਕਰ ਹੀ ਨਹੀਂ ਸਕਦਾ ਵਾਈਗੁਰੂ ਜੀ ਜਿਵੇਂ ਇੱਕ ਮੰਨ ਲਓ ਆਪਾਂ ਇੱਥੇ ਗੱਲ ਐਗਜ਼ੈਂਪਲ ਦੇ ਤੌਰ ਤੇ ਲੈ ਲੈਨੇ ਆ ਇੱਕ ਬੰਦਾ ਕੰਮ ਕਰਦਾ ਉਹਦਾ ਜਿਹੜਾ ਮਾਲਕ ਹੈ ਨਾ ਹੁਣ ਉਹਦੇ ਹੁਕਮ ਜੀ ਚੱਲੂਗਾ ਉਹ ਕਹੇਗਾ ਜੀ ਮੈਂ ਮਾੜੀ ਜੀ ਵੀ ਆਪਣੀ ਕੀਤੀ ਇਹਨੇ ਮੈਨੂੰ ਨੌਕਰੀ ਤੋਂ ਹੀ ਕੱਢ ਦੇਣਾ ਠੀਕ ਹੈ ਤੇ ਉਹਨੂੰ ਨਾ ਉਹਦੇ ਕਲੀਗ ਉਹਦੇ ਨਾਲ ਜਿਹੜੇ ਕੰਮ ਕਰਦੇ ਜਾਂ ਮੰਨ ਲਓ ਕੋਈ ਬਾਹਰਲਾ ਬੰਦਾ ਆ ਕੇ ਕਹਿੰਦਾ ਵੀ ਤੂੰ ਇਹਨੂੰ ਇੰਜ ਕਰ ਲੈ ਸੌਖਾ ਤੂੰ ਇਹਨ ਇੰਨਾ ਬਰਡਨ ਐ ਇਸ ਚੀਜ਼ ਦਾ ਲੈ ਉਹ ਕਹਿੰਦਾ ਪਤਾ ਤਾਂ ਮੈਨੂੰ ਵੀ ਇਹ ਵੀ ਮੈਂ ਕਰ ਸਕਦਾ ਪਰ ਮੈਂ ਇੱਥੇ ਕਰ ਨਹੀਂ ਸਕਦਾ ਕਿਉਂਕਿ ਮੇਰਾ ਜਿਹੜਾ ਮਾਲਕ ਬੈਠਾ ਮੈਨੂੰ ਉਹਦੇ ਕਹਿ ਤੇ ਹੀ ਚੱਲਣਾ ਪੈਂਦਾ ਠੀਕ ਹੈ ਵੈਗੁਰੂ ਜੀ ਇਦਾਂ ਹੀ ਉਹਦਾ ਹੁਕਮ ਵਰਤਦਾ ਜੋ ਤੱਕ ਸਾਨੂੰ ਇਹ ਹੀ ਨਹੀਂ ਪਤਾ ਕਿ ਜੇ ਵੈਗੁਰੂ ਜੀ ਅੱਜ ਉਹਨੇ ਸਵਾਸ ਸਾਨੂੰ ਗਿਣ ਕੇ ਭੇਜੇ ਨੇ ਉਹਨੇ ਸਾਨੂੰ ਸਾਰਾ ਜਿਹੜਾ ਉਹਨੂੰ ਕਹਿੰਦੇ ਪਰਵਾਨਾ ਪਰਵਾਨਾ ਰੋਜ਼ ਦਾ ਲਿਖ ਕੇ ਦਿੱਤਾ ਜਾਂਦਾ ਵੀ ਹੁਣ ਮੰਨ ਲਓ ਅੱਜ ਮੇਰੇ ਸਵਾਸ ਪੂਰੇ ਹੋਣੇ ਆ ਹੁਣ ਮੈਂ ਤਾਂ ਮਨਮੁੱਖਾ ਮਨ ਤਾਂ ਪਤਾ ਨਹੀਂ ਕਿ ਮੇਰੇ ਸਵਾਸ ਅੱਜ ਖਤਮ ਨੇ ਪਰ ਗੁਰਮੁਖਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਮੇਰੇ ਕਿੰਨੇ ਦਿਨ ਬਚੇ ਨੇ ਮੇਰੇ ਕਿੰਨੇ ਸਵਾਸ ਬਚੇ ਨੇ ਉਹ ਪਰਵਾਨਾ ਪੜਨ ਆ ਜਾਂਦਾ ਉਹਨਾਂ ਨੂੰ ਉਹ ਅਵਸਥਾ ਹੈਗੀ ਦਸਨ ਦਵਾਰ ਦੀ ਠੀਕ ਹੈ ਵਾਹਿਗੁਰੂ ਜੀ ਫਿਰ ਜਿਹੜਾ ਕੋਈ ਇਨਸਾਨ ਅਗਰ ਹਰ ਇੱਕ ਚ ਰੱਬ ਨੂੰ ਦੇਖਣਾ ਚਾਹੁੰਦਾ ਹੈ ਇੱਕ ਤਾਂ ਹੋ ਗਿਆ ਵਾਹਿਗੁਰੂ ਜੀ ਇੱਕ ਚੰਗੀ ਸੋਚ ਲੈ ਕੇ ਅਸੀਂ ਚੱਲ ਰਹੇ ਹਾਂ ਵੀ ਸਾਨੂੰ ਇਹ ਗੱਲ ਸਮਝ ਆ ਗਈ ਹੈ ਵੀ ਸਾਰਿਆਂ 'ਚ ਉਹ ਹੈ ਉੱਥੇ ਤਾਂ ਵਾਹਿਗੁਰੂ ਜੀ ਸਾਨੂੰ ਸਿਰਫ ਸਮਝ ਆ ਗਈ ਹੈ ਪਰ ਉਹ ਚ ਹੁਕਮ 'ਚ ਚੱਲਣਾ ਉਦੋਂ ਆਊਗਾ ਜਦੋਂ ਅਸੀਂ ਬੰਦਗੀ ਕਰਾਂ ਨਾਮ ਜਿਹੜਾ ਹੈ ਉਹ ਸਾਨੂੰ ਪਾਰ ਕਰਾ ਦਿੰਦਾ ਹੈ ਚੌਥੇ ਪੱਤੇ ਸਤਿਬਚਨ ਕਿਉਂਕਿ ਵਾਹਿਗੁਰੂ ਜੀ ਜਦੋਂ ਨਾਮ ਜਪਦੇ ਆ ਠੀਕ ਹੈ ਸਾੰਮਨੇ ਕਾਲ ਕੀ ਕਰਦਾ ਹੈ ਭਵਜਲ ਮਤਲਬ ਹੋ ਗਿਆ ਵਾਹਿਗੁਰੂ ਜੀ ਤੁਹਾਨੂੰ ਕੋਈ ਆਕਾਰ ਦਿਖਾ ਦੂਗਾ ਤੁਹਾਨੂੰ ਕੋਈ ਗੁਰੂ ਦਾ ਆਕਾਰ ਦਿਖਾ ਦੂਗਾ ਕਿ ਤੁਹਾਨੂੰ ਲੱਗੇਗਾ ਹੇ ਮੈਨੂੰ ਇਹਦੇ ਇਹਦੇ ਦਰਸ਼ਨ ਹੋ ਗਏ ਤੇ ਪਰ ਨਹੀਂ ਵਾਹਿਗੁਰੂ ਉਹ ਐਵੇਂ ਦਰਸ਼ਨ ਨਹੀਂ ਦਿੰਦੇ ਗੁਰੂ ਸਾਹਿਬ ਜੀ ਔਰ ਉਹ ਕਾਲ ਤੱਕ ਖੇਲ ਹੁੰਦਾ ਕਿ ਇਸਕਾ ਧਿਆਨ ਨਾ ਇਸ ਵਿੱਚ ਲੱਗ ਜਾਏ ਠੀਕ ਹੈ ਨੀਂਦ ਦੇ ਦੂਗਾ ਤੁਮੇ ਤੁਹਾਨੂੰ ਲੱਗੂਗਾ ਮੈਨੂੰ ਨੀਂਦ ਆ ਰਹੀ ਧਿਆਨ ਕਰਕੇ ਮੈਂ ਸੋ ਜਾ ਨਾ ਵਾਹਿਗੁਰੂ ਉਹ ਵੀ ਭਵਜਲ ਹੁੰਦਾ ਤੁਹਾਨੂੰ ਕੋਈ ਕਲਰ ਦਿਖਾ ਦੂਗਾ ਚਿੱਟੀ ਰੋਸ਼ਨੀ ਲਈ ਕੋਈ ਵੀ ਠੀਕ ਹੈ ਤੇ ਕਈ ਸਮਝ ਲੈਂਦੇ ਕਿ ਮੈਨੂੰ ਜੋਤ ਦਿਖ ਗਈ ਮੈਨੂੰ ਮਹਾਰਾਜ ਦੇ ਪ੍ਰਕਾਸ਼ ਦੇ ਦਰਸ਼ਨ ਹੋ ਗਏ ਉਹ ਵਾਹਿਗੁਰੂ ਜੀ ਐਦਾਂ ਹੁੰਦੇ ਹਾਂ ਉਹ ਕਾਲ ਹੁੰਦਾ ਹੈ ਵਾਹਿਗੁਰੂ ਜੀ ਉਹ ਤੁਹਾਨੂੰ ਭਵਜਲ ਵਿੱਚ ਗੇਰਨ ਲਈ ਹੀ ਇਹ ਸਾਰੀ ਟ੍ਰਿਕ ਅਪਣਾਉਂਦਾ ਹੈ ਤੋਂ ਉਹਦੇ ਲਈ ਬਚਨ ਲੇ ਚਾਰਨ ਕਰਨਾ ਹੈ ਵਾਹਿਗੁਰੂ ਮੰਤਰ ਦਾ ਵਾਹਿਗੁਰੂ ਬਿਲਕੁਲ ਹੁਣ ਇੱਥੇ ਇੱਕ ਗੱਲ ਹੋ ਰਹੀ ਹੈ ਵਾਹਿਗੁਰੂ ਜੀ ਇੱਕ ਗੁਰਮੁਖ ਨੇ ਆਹਦੇ ਕਿਹਾ ਸੀ ਕਹਿੰਦੇ ਕਿ ਮੈਨੂੰ ਨਾ ਸੁਪਨੇ 'ਚ ਗੁਰੂ ਸਾਹਿਬ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਹੁੰਦੇ ਆ ਮੈਂ ਕਹਿੰਦੇ ਇਹ ਸੱਚੀ ਹੈ ਕਿ ਇਹ ਝੂਠ ਹੈ ਮੈਂ ਕਿਹਾ ਚਲੋ ਆਪਾਂ ਗੱਲ ਇੱਕੋ ਗੱਲ 'ਚ ਖਤਮ ਹੋ ਜਾਏਗੀ ਮੈਂ ਕਿਹਾ ਦੱਸੋ ਜਿਹੜੇ ਦਰਸ਼ਨ ਹੁੰਦੇ ਉਹਦੇ 'ਚ ਮਹਾਰਾਜ ਤੁਹਾਨੂੰ ਕਿੱਦਾਂ ਦੇ ਨਜ਼ਾਰ ਆਉਂਦੇ ਹੈ ਕਹਿੰਦੇ ਕਿੱਦਾਂ ਦੇ ਮਤਲਬ ਕਿ ਕਿੱਦਾਂ ਮਤਲਬ ਮੈਂ ਕਿਹਾ ਉਹਨਾਂ ਦਾ ਜਿਹੜਾ ਤੁਹਾਨੂੰ ਚਿਹਰਾ ਜਾਂ ਉਹਨਾਂ ਦਾ ਜੋ ਤੁਹਾਨੂੰ ਸਰੀਰ ਨਜ਼ਰ ਆ ਰਿਹਾ ਹੈ ਜਾਂ ਜਿਹੜਾ ਉਹਨਾਂ ਦਾ ਬਾਣਾ ਜਾਂ ਕੋਈ ਜੋ ਉਹਨਾਂ ਨੇ ਵਸਤਰ ਪਾਇਓ ਕੀ ਨਜ਼ਰ ਆ ਰਹੀ ਹੈ ਕਹਿੰਦੇ ਜੋ ਮੇਰੇ ਘਰੇ ਫੋਟੋ ਲੱਗੀ ਤੇ ਮੈਂ ਕਹਾਂ ਫਿਰ ਮਹਾਰਾਜ ਤਾਂ ਉਹਨਾਂ ਦਾ ਉਹ ਅਸਲੀ ਚਿਹਰਾ ਤਾਂ ਹੈ ਹੀ ਨਹੀਂ ਸੀ ਫੋਟੋ ਤਾਂ ਹੈ ਹੀ ਨਹੀਂ ਅਸਲੀ ਉਹਨਾਂ ਦਾ ਜਿਹੜਾ ਕੋਈ ਫੋਟੋ ਹੀ ਨਹੀਂ ਅਸਲੀ ਜਿਹਦੇ ਵਿੱਚ ਮਹਾਰਾਜ ਦੀ ਸਾਨੂੰ ਰੀਅਲ ਪੂਰੀ ਪਤਾ ਲੱਗੇ ਵੀ ਮਹਾਰਾਜ ਇਦਾਂ ਤੇ ਹੀ ਦਿਖਦੇ ਸੀ ਉਸ ਸਮੇਂ 'ਚ ਜਦੋਂ ਸਰੀਰਿਕ ਤੌਰ ਤੇ ਵਿਚਰਦੇ ਸੀ ਤੇ ਮੈਂ ਕਹਾਂ ਇੱਥੋਂ ਜਦੋਂ ਮਹਾਰਾਜ ਨੇ ਸੱਚੀ ਦਰਸ਼ਨ ਦੇਣੇ ਹੈ ਨਾ ਤਾਂ ਫਿਰ ਵਾਹਿਗੁਰੂ ਜੀ ਉਹ ਸਾਹਮਣੇ ਕੋਲੋਂ ਦੇਖੇ ਇਸ ਹਾਲ 'ਚ ਨਹੀਂ ਦੇਖੇ ਜਾਣੇ ਸਾਡੀ ਇੰਨੀ ਅਵਸਥਾ ਥੋੜੀ ਹੈ ਕਿ ਅਸੀਂ ਮਹਾਰਾਜ ਨੂੰ ਦੇਖ ਲਈਏ ਆਪਾਂ ਉਹਨੇ ਹਾਂ ਕਿ ਆਪਾਂ ਮਹਾਰਾਜ ਦੇ ਦਰਸ਼ਨ ਕਰ ਸਕੀਏ ਆਪਾਂ ਨੂੰ ਬਹੁਤ ਪਵਿੱਤਰ ਅਵਸਥਾ ਚ ਹੋਣਾ ਪਏਗਾ ਉਹਦੇ ਲਈ ਬੜਾ ਨਾਮ ਬੰਦਗੀ ਚਾਹੀਦੀ ਹੈ ਐਦਾਂ ਤਾਂ ਵਾਈਕਰੂ ਜੀ ਸ਼ਹੀਦ ਸਿੰਘਾਂ ਦੇ ਦਰਸ਼ਨ ਨਹੀਂ ਹੁੰਦੇ ਤੇ ਗੁਰੂ ਸਾਹਿਬ ਜੀ ਦੇ ਕਿੱਥੇ ਹੋ ਜਾਣਗੇ ਇਹ ਇਹ ਗੱਲਾਂ ਉਹ ਨੇ ਜਿਹੜੀਆਂ ਸੱਚੀਆਂ ਨੇ ਜੇ ਸੱਚੇ ਮੰਨਣਾ ਹੁਣ ਜਿਵੇਂ ਕਈ ਕਹਿ ਦਿੰਦੇ ਕਿ ਸਾਨੂੰ ਜੀ ਸਹਿਬਜ਼ਾਦੇ ਆ ਦੇ ਦਰਸ਼ਨ ਹੋ ਗਏ ਵਾਈਕਰੂ ਜੀ ਫਿਰ ਜੇ ਸਹਿਬਜ਼ਾਦੇ ਦੇ ਦਰਸ਼ਨ ਹੋਏ ਹੈ ਤਾਂ ਆਪ ਜੀ ਨੂੰ ਪਤਾ ਹੋਏਗਾ ਕਿ ਉਹ ਕੀ ਚਿਹਰਾ ਦਿਖਿਆ ਉਹ ਫਿਰ ਕਹਿੰਦੇ ਜਿਹੜੀ ਮੂਵੀ ਦੇਖੀ ਸੀ ਚਾਰ ਸਾਈਡ ਦੇ ਤੇ ਸਾਡੇ ਅੰਦਰੋਂ ਪਿਕਚਰ ਸੇਵ ਹੋਈ ਹੋਈ ਹੈ ਕਾਲ ਉਹਦਾ ਫਾਇਦਾ ਚੱਕ ਕੇ ਸਾਨੂੰ ਉਹੀ ਚੀਜ਼ ਦਿਖਾ ਸਕਦਾ ਜੋ ਇਸ ਸੰਸਾਰ ਚ ਅਸੀਂ ਦੇਖਦੇ ਆ ਰਹੇ ਹਾਂ ਕੋਈ ਨਵੀਂ ਚੀਜ਼ ਨਹੀਂ ਉਹਨੇ ਦਿਖਾਈ ਜੇ ਤੁਹਾਨੂੰ ਇਹ ਲੱਗੇ ਵੀ ਮੇਰੇ ਨਾ ਸੁਪਨੇ ਚ ਇਹ ਵੀ ਚਿਹਰਾ ਆਇਆ ਜਿਹੜਾ ਮੈਂ ਦੇਖਿਆ ਨਹੀਂ ਉਹ ਪਿਛਲੇ ਜਨਮ ਦਾ ਵੀ ਹੋ ਸਕਦਾ ਵਾਈ ਵਾਲੀ ਵਾਲੀ ਬਾਤ ਵਾਈ ਕੁਝ ਕਿਉਂਕਿ ਕਾਲ ਆਪ ਜੀ ਨੂੰ ਆਕਾਰ ਨਾਲ ਜੋੜਨ ਦੀ ਸਤਗੁਣੀ ਚ ਅਸੀਂ ਮਤਲਬ ਆਕਾਰ ਨੂੰ ਲੈ ਕੇ ਹਾਂ ਕਿ ਮੈਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਹੋ ਗਏ ਆਪਾਂ ਉੱਥੇ ਫਸ ਗਏ ਆਪਾਂ ਅਸਲ ਦਰਸ਼ਨ ਕਰਨ ਬਾਰੇ ਫਿਰ ਸੋਚਣਾ ਛੱਡ ਦਿੰਨੇ ਆ ਅਸਲ ਰਾਤੇ ਚੱਲਣਾ ਛੱਡ ਦਿੰਨੇ ਆ ਆਪਾਂ ਦੀ ਆਪਣਾ ਸਟਾਪ ਲੱਗ ਜਾਂਦਾ ਉਹ ਸਤਿਵੰਤ ਜੀ ਵਹੀ ਵਾਲੀ ਗੱਲ ਹੈ ਕਾਲ ਟਰਾਈ ਕਰਦਾ ਆਪ ਜੀ ਨੂੰ ਆਕਾਰ ਨਾਲ ਜੋੜਨ ਦੀ ਕਿ ਆਕਾਰ ਨਾਲ ਜੁੜੇ ਤੇ ਮਾਰੇ ਨੇ ਕਿ ਆਕਾਰ ਨਾਲ ਤੁਸੀਂ ਜੁੜਨਾ ਨਹੀਂ ਜੁੜਨਾ ਇਹ ਗੱਲ ਨੂੰ ਹੁਣ ਇੱਥੋਂ ਸਮਝ ਲਓ ਸਤਿਵੰਤ ਜੀ ਆਕਾਰ ਨਾਲ ਮਾਰੇ ਕਹਿੰਦੇ ਕਦੇ ਨਹੀਂ ਜੁੜਨਾ ਜੁੜਨਾ ਤਾਂ ਸ਼ਬਦ ਨਾਲ ਜੁੜਨਾ ਨਾਮ ਨਾਲ ਜੁੜਨਾ ਠੀਕ ਹੈ ਉਸ ਜੋਤ ਦੇ ਦਰਸ਼ਨ ਕਰਨੇ ਜੋ ਆਕਾਲ ਪੁਰਖ ਜੀ ਦਾ ਰੂਪ ਹੈ ਜੋਤ ਸਰੂਪ ਸਤਿ ਸਤਿ ਬਚਾ। ਠੀਕ ਹੈ ਵਾਹਿਗੁਰੂ ਜੀ। ਹੁਣ ਉਹ ਵੀਰ ਨੂੰ ਜਦੋਂ ਇੰਨੀ ਗੱਲ ਕਹੀ ਵਾਹਿਗੁਰੂ ਜੀ ਉਹ ਇੱਕ ਸੈਕਿੰਡ ਚ ਉਹਨਾਂ ਨੂੰ ਗੱਲ ਕਲੀਅਰ ਹੋ ਗਈ। ਕਹਿੰਦੇ ਕਿ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਜਿਹੜੇ ਮੈਨੂੰ ਮਹਾਰਾਜ ਦੇ ਦਰਸ਼ਨ ਹੁੰਦੇ ਐ ਮੈਂ ਕਲ ਕਦੀ ਸੋਚ ਹੀ ਨਹੀਂ ਰਿਹਾ ਕਿ ਉਹ ਅਸਲ ਚ ਤਾਂ ਉਹਨਾਂ ਦਾ ਚਿਹਰਾ ਹੀ ਨਹੀਂ ਸੀ। ਤੇ ਮੈਂ ਕਿਹਾ ਦੇਖੋ ਵਾਹਿਗੁਰੂ ਜੀ ਜਿਸ ਦਿਨ ਸਾਡੀ ਅਵਸਥਾ ਹੋਏਗੀ ਨਾ ਤਾਂ ਸਾਨੂੰ ਸੌਣ ਦੀ ਲੋੜ ਨਹੀਂ। ਕਿ ਆਪਾਂ ਸੋਈਏ ਤੇ ਮਹਾਰਾਜ ਆਣ। ਮਹਾਰਾਜ ਨੇ ਖੁੱਲ੍ਹੀਆਂ ਅੱਖਾਂ ਚ ਵੀ ਫਿਰ ਉਦੋਂ ਜਿੰਨਾ ਜਿੰਨਾ ਨੂੰ ਦਿੱਤੇ ਐ ਨਾ ਦਰਸ਼ਨ। ਜਿਹੜੇ ਗੁਰਮੁਖ ਦਸੰਦਵਾਰ ਚ ਪਰਵਾਹ ਨਹੀਂ ਸੱਚਖੰਡ ਉਹ ਤਾਂ ਖੁੱਲੀਆਂ ਅੱਖਾਂ ਨਾਲ ਹੀ ਕਰ ਜਾਂਦੇ ਆ ਦਰਸ਼ਨ ਤੇ ਉਹ ਮਹਾਰਾਜ ਦਾ ਹੁਕਮ ਵੀ ਸੁਣ ਲੈਂਦੇ ਵੀ ਮਹਾਰਾਜ ਨੇ ਉਹਨਾਂ ਨੂੰ ਕੀ ਹੁਕਮ ਦਿੱਤਾ ਵਾਹਿਗੁਰੂ ਜੀ ਇਹ ਵੀ ਗੱਲ ਨਾ ਸਮਝ ਲਿਓ ਕਿ ਸਿਰਫ ਇਸ ਜਨਮ ਦੀ ਹੀ ਸਾਰੀ ਖੇਡ ਚੱਲਦੀ ਪਈ ਹੈ ਆਪਾਂ ਸਤਿਯੁਗ ਤੋਂ ਚੱਲਦੇ ਆ ਰਹੇ ਆ ਠੀਕ ਹੈ ਉਹਦੇ ਵਿੱਚ ਪਤਾ ਨਹੀਂ ਕਿਦੀ ਬੰਦਗੀ ਕਿੰਨੀ ਜੁੜੀ ਹੈ ਕਿਦੇ ਕਿਹੜੇ ਚੰਗੇ ਕਰਮ ਜੁੜੇ ਆ ਜਿਹੜੇ ਅੱਜ ਉਹਦੇ ਅੱਗੇ ਖੜੇ ਹੋਣਗੇ ਆ ਕੇ ਉਹਦਾ ਖਜ਼ਾਨਾ ਕਿੰਨਾ ਜੁੜਿਆ ਉਹ ਸਿਰਫ ਇਸ ਜਨਮ ਦਾ ਨਾ ਸੋਚੀਏ ਹੁਣ ਮੰਨ ਲਓ ਕਿ ਕੋਈ ਗੁਰਮੁਖ ਕਵੇ ਕਿ ਮੈਂ 10 ਸਾਲ ਦੀ पर मेरी हजे उन्ही अवस्था नहीं, नहीं बनी ते आज मैं 40 ਸਾਲ ਦਾ ਇੱਕ ਗੁਰੂ ਮੁਕ ਕਵੇ ਮੈਂ ਤਾਂ 35 ਸਾਲ ਤੋਂ ਸ਼ੁਰੂ ਕੀਤਾ ਸੀ ਤੇ ਮੈਨੂੰ ਤਾਂ 5 ਸਾਲ ਹੋਏ ਤੇ ਮੈਨੂੰ ਤਾਂ ਮਾਰੇ ਦੇ ਦਰਸ਼ਨ ਹੋ ਗਏ ਜਾਂ ਮੈਂ ਅਨਹਦ ਨਾ ਦੇ ਵਿਚਰਦਾ ਜਾਂ ਮੇਰਾ ਦਸ ਦਸਮ ਦਵਾਰ ਦਾ ਸ਼ਬਦ ਪ੍ਰਗਟ ਹੋ ਗਿਆ ਹੁਣ ਉਹtheta ਕਹਿਗਾ ਕਿ ਮੈਂ 20 25 ਸਾਲ ਤੋਂ ਜਪ ਰਿਆ 40 ਸਾਲ ਤੋਂ ਮੇਰੀ ਨਹੀਂ ਹੋਈ ਤੇ 5 ਸਾਲ ਚ ਕਿਦਾਂ ਚਲੇਗੀ ਫਿਰ ਆਪਾਂ ਕੀ ਸੋਚ ਰਹੇ ਹਾਂ ਸਿਰਫ ਇਸ ਜਨਮ ਦੀ ਖੇਡ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਗੱਲ ਹੈਗੀ ਸਾਡੇ ਸਾਰੇ ਜਨਮਾਂ ਦੀ ਜੁੜੇ ਹੋਏ ਖਜਾਨਿਆਂ ਦੀ ਇਹ ਮਾਰੇ ਕਹਿੰਦੇ ਨਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗयो ਪਰ ਲੋਕ ਗਵਾਇਓ ਮਹਾਰਾਜ ਕਹਿੰਦੇ ਜੇ ਕੋਈ ਮਨੁੱਖ ਸਤਾ ਸਮੁੰਦਰਾ ਭਾਵ ਸਾਰੇ ਤੀਰਥਾਂ ਤੇ ਇਸ਼ਨਾਨ ਕਰਦਾ ਫਿਰੇ ਤਾਂ ਇਸ ਦਾ ਕੋਈ ਲਾਭ ਨਹੀਂ ਉਸਨੇ ਆਪਣੇ ਇਹ ਲੋਕ ਵੀ ਵਿਅਰਥ ਗਵਾ ਲਿਆ ਤੇ ਪਰਲੋਕ ਵੀ ਗਵਾ ਲਿਆ ਭਾ ਪ੍ਰਭੂ ਦੇ ਸਿਮਰਨ ਤੋਂ ਬਿਨਾ ਤੀਰਥਾਂ ਦੇ ਇਸ਼ਨਾਨ ਨਾਲ ਮੁਕਤੀ ਨਹੀਂ ਮਿਲਦੀ ਵਾਹਿਗੁਰੂ ਜਦੋਂ ਆਪਾਂ ਨਾਮ ਜਪਾਂਗੇ ਉਹ ਗੁਰਮੁਖਾਂ ਲਈ ਜੋ ਉਹਨਾਂ ਨੇ ਗੱਲ ਕੀਤੀ ਸੀ ਇੱਥੇ ਸਾਰੀ ਖੇਡ ਨੂੰ ਸਮਝਣਾ ਪਏਗਾ ਕਿ ਨਾਮ ਜਪਾਂਗੇ ਸਹਿਜ ਹੋਵਾਂਗੇ ਪੰਜ ਦੂਤ ਨੇ ਜਿਹੜੇ ਉਹ ਸ਼ਾਂਤ ਰਹਿਣਗੇ ਠੀਕ ਹੈ ਬਾਈ ਗੁਰੂ ਜੀ ਫਿਰ ਆਪਾਂ ਨੂੰ ਸਾਰੀ ਖੇਡ ਜਿਹੜੀ ਹੈ ਉਹ ਜੋ ਆਪ ਜੀ ਕਹਿ ਰਹੇ ਸੀ ਕਿ ਮੈਂ ਪ੍ਰੇਮ ਤਾਂ ਕਰਦਾ ਸਾਰਿਆਂ ਨਾਲ ਫਿਰ ਮੇਰੇ ਗ੍ਰੋਧ ਕਿੱਦਾਂ ਆ ਜਾਂਦਾ ਤਾਂ ਫਿਰ ਵਾਹਿਗੁਰੂ ਜੀ ਕਰੋਧ ਬਿਨਾ ਕਲ ਤੋਂ ਕਦੀ ਵੀ ਨਹੀਂ ਆਏਗਾ ਕੋਈ ਛੋਟੀਆਂ ਮੋਟੀਆਂ ਗੱਲਾਂ ਤੇ ਲੋਭ ਮੋਹ ਹੰਕਾਰ ਕਾਮ ਕਰੋਧ ਜੋ ਵੀ ਹੈ ਇਹ ਇਦਾਂ ਨਹੀਂ ਹੋਏਗਾ ਵਾਹਿਗੁਰੂ ਜੀ ਅਟੈਕ ਨਹੀਂ ਕਰ ਪਾਣ ਗਿਆ ਉਹ ਕਮ ਮੰਨਣਾ ਸਾਨੂੰ ਸਮਝ ਆ ਜਾਣਾ ਚਾਹੀਦਾ ਹੈ ਕਿ ਉਹਦੇ ਹੁਕਮ ਚ ਸਭ ਵਰਤਦਾ ਹੈ ਪਰ ਉਹਦੇ ਚ ਪਰੇਸ਼ਾਨ ਨਹੀਂ ਹੋਣਾ ਜਾਂ ਕਿਸੇ ਦਾ ਕੋਈ ਚੰਗਾ ਹੋ ਰਿਹਾ ਉਹਦੇ ਲਈ ਆਪਾਂ ਮਾੜਾ ਨਹੀਂ ਸੋਚਣਾ ਕਿਉਂਕਿ ਉਹਦੇ ਹੁਕਮ ਚ ਹੋ ਰਿਹਾ ਤੇ ਘਾਟੇ ਵਾਦੇ ਨੇ ਨਾ ਜਿਹੜੇ ਆਪਾਂ ਉਹਨਾਂ ਦੇ ਕਿੰਨਾ ਡਿਪਰੈਸ ਹੋ ਜੰਨੇ ਜੀ ਇਹ ਹੋ ਗਿਆ ਘਰੇ ਇਦਾਂ ਹੋ ਰਿਹਾ ਜੀ ਸਾਡੀ ਉਹਦੇ ਨਾਲ ਨਹੀਂ ਬੰਦੀ ਜੀ ਮਹਾਰਾਜ ਕਹਿੰਦੇ ਇਹਨਾਂ ਚੀਜ਼ਾਂ ਤੋਂ ਉੱਤੇ ਉੱਠ ਜਾਓ ਠੀਕ ਹੈ ਆਪਣੇ ਵੱਲੋਂ ਚੰਗਾ ਕਰੋ ਆਪਣੇ ਵੱਲੋਂ ਜਦੋਂ ਆਪਾਂ ਦੇਖ ਹੀ ਸਾਰਿਆਂ ਚੋਂ ਸ ਰੱਬ ਨੂੰ ਲੱਗਣ ਹੀ ਲੱਗ ਗਏ ਦੇਖਣ ਲੱਗ ਗਏ ਤੇ ਵਾਈਗੁਰੂ ਜੀ ਅਸੀਂ ਮਾੜਾ ਕਿਸੇ ਦਾ ਕਿਵੇਂ ਕਰਦਾਂਗੇ ਤੇ ਫਿਰ ਸਾਡੇ ਜਿਹੜੇ ਚੰਗੇ ਬੀਜੇ ਉਹੇ ਕਰਮ ਹੋਣਗੇ ਉਹੀ ਸਾਡੇ ਸਾਹਮਣੇ ਆਣਗੇ ਬਾਕੀ ਜੋ ਗੁਰੂ ਸਾਹਿਬ ਜੀ ਨੇ ਜਿੰਨਾਂ ਕ ਵਾਈਗੁਰੂ ਜੀ ਕਹਾਣਾ ਸੀ ਜਿੰਨੀ ਸਾਡੀ ਸਮਾਤ ਅਨੁਸਾਰ ਆਪ ਜੀ ਨਾਲ ਵਿਚਾਰ ਸਾਂਝਾ ਕੀਤਾ ਹੈ ਕੋਈ ਭੁੱਲ ਚੁੱਕ ਕੋਈ ਹੋਵੇ ਵਾਈਗੁਰੂ ਜੀ ਦੋਵੇਂ ਹੱਥ ਜੋੜ ਕੇ ਆਪ ਜੀ ਤੋਂ ਮਾਫੀ ਸੰਗਤ ਜੀ ਗੁਰੂ ਸਾਹਿਬ ਜੀ ਬਖਸ਼ਣ ਯੋਗ ਨੇ ਫਿਰ ਅਗਲੀ ਕਿਸੇ ਵੀਡੀਓ ਦੇ ਵਿੱਚ ਆਪ ਜੀ ਨਾਲ ਵਿਚਾਰ ਸਾਂਝੇ ਕਰਾਂਗੇ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ